ਅਜਿਹੇ ਮਾਮਲੇ ਵੇਖ ਕੇ ਪਤਾ ਲੱਗਦਾ ਤੁਸੀਂ ਅਸੀਂ ਆਮ ਲੋਕ ਅੱਜ ਸੂਬੇ 'ਚ ਕਿੰਨੇ ਕੁ ਸੁਰੱਖਿਅਤ ਹਾਂ। ਜਿੱਥੇ ਗੁੰਡਾਗਰਦੀ ਦੀ ਘਟਨਾ ਬੀਤੀ ਰਾਤ ਜਲੰਧਰ ਦੀ ਹੈ, ਜਿੱਥੇ ਜੇਲ੍ਹ ਚੌਂਕ ਦੇ ਨੇੜੇ ਜਦੋਂ ਇੱਕ ਮੈਡੀਕਲ ਸਟੋਰ ਦਾ ਮਾਲਕ ਆਪਣੀ ਦੁਕਾਨ ਬੰਦ ਕਰਕੇ ਐਕਟਿਵਾ 'ਤੇ ਘਰ ਜਾਣ ਲੱਗਿਆ ਤਾਂ ਰਾਸਤੇ 'ਚ ਕੁਝ ਗੁੰਡੇ ਲੁਟੇਰੇ ਕਿਸਮ ਦੇ ਲੋਕਾਂ ਨੇ ਉਸਨੂੰ ਘੇਰ ਕੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਬੰਦੇ ਨੂੰ ਲਹੂ ਲੁਹਾਨ ਕਰਕੇ ਸੜਕ 'ਤੇ ਸੁੱਟ ਦਿੱਤਾ ਅਤੇ ਉਸਦੇ ਕੋਲ ਮੌਜੂਦ 2 ਲੱਖ ਰੁਪਏ ਅਤੇ ਉਸਦੀ ਐਕਟਿਵਾ ਲੈ ਕੇ ਫਰਾਰ ਹੋ ਗਏ। ਹਸਪਤਾਲ 'ਚ ਪੀੜਤ ਦੀ ਜਾਨ ਤਾਂ ਬਚ ਗਈ, ਪਰ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਆਮ ਲੋਕ ਅੱਜ ਕਿੰਨੇ ਕੁ ਸੁਰੱਖਿਅਤ ਨੇ। ਜੇ ਆਪਣਾ ਚਰਚ ਹੈਗੀ ਚਰਚ ਦੇ ਸਾਹਮਣੇ ਇਹਨਾਂ ਦੇਖਿਆ ਸਾਡੇ ਰਮੇਸ਼ ਕੁਮਾਰ ਜੀ ਸਾਡੇ ਦੋਸਤ ਸਾਡੇ ਵੱਡੇ ਭਾਈ ਸਾਹਿਬ ਉੱਥੇ ਖੜ੍ਹੇ ਸੀਗੇ ਅਤੇ ਦੁਨੀਆ ਕਾਫੀ ਖੜ੍ਹੀ ਸੀ ਅਤੇ ਮੇਰਾ ਪੁੱਛਿਆ ਮੈਂ ਕਿਹਾ ਰਮੇਸ਼ ਜੀ ਕੀ ਗੱਲ ਹੋਈ, ਕਹਿੰਦੇ ਮੇਰੇ ਉਹਨਾਂ ਨੂੰ ਰੋਕੋ ਕਰਕੇ ਲੈ ਗਏ। 4 ਮੁੰਡੇ ਪਿੱਛੋਂ ਮੋਟਰਸਾਈਕਲ 'ਤੇ ਆਏ ਨੇ, ਇਹਨਾਂ ਦਾਤ ਮਾਰ ਕੇ ਇਹਨਾਂ ਨੂੰ ਉੱਥੇ ਸਿੱਟਤਾ, ਇਹਨਾਂ ਦਾ ਸਕੂਟਰ ਲੈ ਕੇ ਫਰਾਰ ਹੋ ਗਏ। ਜਿਸ ਕਾਰਨ ਮੇਰੇ ਖਿਆਲ ਤੋਂ ਘੱਟੋ ਘੱਟ ਜੋ ਉਹਨਾਂ ਦੀ ਵੱਡੀ ਹੈਗੀ 2 ਲੱਖ ਤੋਂ ਉੱਤੇ ਕੈਸ਼ ਹੈ। ਐਕਟਿਵਾ ਵੀ ਨਾਲ ਲੈ ਗਏ। ਅੱਛਾ ਜੀ, ਐਕਟਿਵਾ ਦਾ ਨੰਬਰ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਲੋਕਾਂ ਨੇ 5-6 ਮਹੀਨੇ ਨਾਲ ਸਕੂਟਰ ਲਿਆ ਸੀਗਾ, ਘਬਰਾਹਟ ਦਾ ਜਿਹਨੂੰ ਨੰਬਰ ਯਾਦ ਨਹੀਂ ਹੋ। ਅੱਛਾ ਜੀ। ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੇ ਵੀ ਪਹੁੰਚ ਕੇ ਆਪਣੀ ਕਾਰਵਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਲੁਟੇਰਿਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਆਪਣੇ ਦਿਲਕਸ਼ਾ ਮਾਰਕੀਟ ਦੀ ਹੋਲਸੇਲਰ ਦੇ ਮੈਡੀਕਲ ਦੀ ਸ਼ੌਪ ਦੇ ਓਨਰ ਸੀਗੇ ਜੀ, ਅਤੇ ਆਪਣੀ ਅੱਜ ਸ਼ੌਪ ਬੰਦ ਕਰਕੇ ਵਾਪਸ ਆ ਰਹੇ ਸੀਗੇ, ਘਰ ਨੂੰ ਜਾ ਰਹੇ ਸੀਗੇ ਜੀ। ਅਤੇ ਜਦੇ ਆ ਰਹੇ ਸੀਗੇ ਤਾਂ ਜੇਲ੍ਹ ਰੋਡ 'ਤੇ ਜਾਂ ਚਿਕਚਿਕਾਵਾਂ ਦੇ ਉੱਤੇ ਮੁੰਡੇ ਨੂੰ ਉੱਥੇ ਇਹਨਾਂ ਦੇ ਕੋਲ 4 ਮੁੰਡੇ ਮੋਟਰਸਾਈਕਲਾਂ 'ਤੇ, ਉਹ ਜਿਨ੍ਹਾਂ ਨੇ ਇਹਨਾਂ ਨੂੰ ਬਾਨੇ 'ਚ ਰੋਕਿਆ ਜੀ, ਅਤੇ ਬਾਅਦ 'ਚ ਇਹਨਾਂ ਤੋਂ ਧੱਕੇ ਮਾਰ ਕੇ ਅਤੇ ਜਿਹੜਾ ਇਹਨਾਂ ਦਾ ਐਕਟਿਵ ਸੀ ਇਹਨਾਂ ਕੋਲੋਂ ਫੋਟੇ ਲੈ ਕੇ ਜੀ। ਅਤੇ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਆਪਾਂ ਸਪੋਟ 'ਤੇ ਪਹੁੰਚੇ ਜੀ, ਮਰੀਜ਼ ਨਾਲ ਮਰੀਜ਼ ਸਾਡੇ ਨਾਲ ਹੀ ਨੇ ਜੀ, ਅਤੇ ਆਪਣੇ ਸਾਰੇ ਕੇਸ ਦੇ ਉੱਪਰ ਵਰਕ ਫੋਮ ਕਰ ਰਹੇ। ਸਰ, ਇਹਨਾਂ ਕੋਲ ਕੋਈ ਕੈਸ਼ ਵਗੈਰਾ ਵੀ ਸੀਗਾ? ਇਹਨਾਂ ਦੱਸਣ ਮੁਤਾਬਿਕ ਇਹਨਾਂ ਦਰਾਈ ਕੀਤੀ ਹੋਈ ਸੀ ਦਿੱਲੀ, ਜਿਹੜੀ ਇਹਨਾਂ ਦਾ ਵਰਕਸ ਨੰਬਰ ਸੀਗਾ ਉਹਨਾਂ ਦਾ, ਉਹ ਕੈਸ਼ ਡਿੱਗੀ ਸੀਗੀ ਜੀ, ਬਾਕੀ ਉਹ ਚੈੱਕ ਕਰਾਂਗੇ ਜੀ ਆਪਾਂ। ਸ਼ਰੇਆਮ ਹੁੰਦੀ ਇਹ ਗੁੰਡਾਗਰਦੀ ਸਬੂਤ ਹੈ ਕਿ ਅੱਜ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਦਾ ਆਖਿਰ ਕਿੰਨਾ ਕੁ ਡਰ ਰਹਿ ਗਿਆ। ਖੈਰ, ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਤੇ ਪੁਲਿਸ ਕਿੰਨੀ ਛੇਤੀ ਹੁਣ ਹਮਲਾਵਰਾਂ ਨੂੰ ਫੜਦੀ ਹੈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।